ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਸ। ਨਾਮ ਟਿੰਕੂ ਹੈ ਭਾਜੀ ਅਤੇ ਸਾਡੀ ਸ਼ੋਪ ਦਾ ਨਾਮ ਹੈਗਾ SK ਟਿੰਕੂ। ਮਾਮਲਾ ਆਇਆ ਵੀ ਸਾਡੀ ਸ਼ੋਪ ਬਣਦੀ ਵੀ ਨੀਚੇ ਅਤੇ ਕੱਲ੍ਹ ਥੋੜ੍ਹੀ ਡਸਟ ਗਈ ਹੈ, ਹਫ਼ਤਾ ਹੋ ਗਿਆ ਸਾਨੂੰ ਤੰਗ ਕਰਦਾ ਪਿਆ ਸੀਗਾ ਅਤੇ ਮਾਰਕੀਟ ਵਾਲੇ ਬੱਬਲ ਨਾਮ ਹੈ ਮੁੰਡੇ ਦਾ, ਉਹ ਤੰਗ ਕਰਦਾ ਪਿਆ ਸੀਗਾ ਕਿ ਕਦੀ ਪਿੱਲਰ ਇੱਥੇ ਪਾਓ ਕਦੀ ਉੱਥੇ ਪਾਓ, ਦੁਕਾਨਾਂ ਆਪਣੀ ਲਿੱਤੀਆਂ ਕਿ ਅਤੇ ਉਹਦੇ ਆਪਾਂ ਪਿੱਲਰ ਪਾ ਰਹੇ ਸੀ। ਮਾਰਕੀਟ ਵਾਲੇ ਕਹਿੰਦੇ ਚਲੋ ਜਿੱਦਾਂ ਕਹਿੰਦਾ ਕਰ ਲਓ, ਅਸੀਂ ਮਾਰਕੀਟ ਵਾਲੇ ਕਹਿੰਦੇ ਚੱਲੀ ਗਈ ਅਤੇ ਕੱਲ੍ਹ ਥੋੜ੍ਹੀ ਡਸਟ ਗਈ ਹੈ, ਸਾਰਾ ਕੰਮ ਨਿਬੜ ਗਿਆ, ਥੋੜ੍ਹੀ ਡਸਟ ਗਈ ਹੈ ਅਤੇ ਆ ਕੇ ਮਾਂ ਭੈਣਾਂ ਦੀ ਗਾਲਾਂ ਕੱਢ ਗਿਆ ਲੇਬਰ ਨੂੰ ਜੀ। ਅਤੇ ਕੱਲ੍ਹ ਥੋੜ੍ਹੀ ਫਿਰ ਤੂੰ ਤੋਂ ਮੈਂ ਹੋਈ ਹੈ ਜੀ, ਉਸ ਤੋਂ ਬਾਅਦ ਅੱਜ ਫੈਸਲਾ ਸੀਗਾ ਕਿ ਮਾਰਕੀਟ ਵਾਲੇ ਕਹਿੰਦੇ ਚਲੋ ਫੈਸਲਾ ਕਰ ਲਓ ਰਾਜ਼ੀਨਾਮਾ, ਅਸੀਂ ਕੋਈ ਨਹੀਂ ਕਰ ਲੈਂਦੇ ਜੀ। ਅਤੇ ਅੱਜ 20-25 ਬੰਦੇ ਲੱਗ ਕੇ ਬੈਠਾ ਹੋਇਆ ਸੀ ਬੱਬਲ ਅਤੇ ਟੋਕੇ ਲਾਏ ਹੋਏ ਸੀ, ਉਹਨੇ ਦਾਤ ਲਾਏ ਹੋਏ ਸੀਗੇ ਅਤੇ ਮੇਰੇ ਭਰਾ ਨੂੰ ਦਾਤ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੇਰੇ ਭਰਾ ਨੂੰ। ਅਤੇ ਜੀ ਇਹ ਦੇਖੋ ਖੂਨ ਤੁਹਾਡੇ ਸਾਹਮਣੇ ਪਿਆ ਹੋਇਆ ਜੀ, ਅਤੇ ਆਪਾਂ ਹੁਣ ਚਾਹੁੰਦੇ ਇਨਸਾਫ ਚਾਹੁੰਦੇ ਹਾਂ, ਉਹ ਬੰਦੇ ਸਾਰੇ ਅੱਗੇ ਆਉਣੇ ਚਾਹੀਦੇ ਸਾਡੇ, ਹਾਂ ਦੁਕਾਨ 'ਤੇ ਆ ਕੇ ਕੁੱਟ ਮਾਰ ਕਰਕੇ ਗਏ ਜੀ, ਦਾਤ ਮਾਰੇ, CCTV ਕੈਮਰੇ ਕਾਫੀ ਸਾਰੀ ਵੀਡੀਓ ਹੈਗੀ ਹੈ, ਸਾਰੇ ਨਾਮ ਯਾਦ ਆ ਮੈਨੂੰ, ਕੰਪਲੇਂਟ ਲਿਖਾਈ ਹਜੇ ਕੋਈ ਕਾਰਵਾਈ ਨਹੀਂ ਹੋਈ ਅਤੇ ਬ੍ਰਦਰ ਮੇਰਾ ਹੁਣ ਗਿਆ ਕਤਵਾਲੀ, ਸਾਰੀ ਰਿਪੋਰਟਾਂ ਲਿਖਾਤੀ ਹੈ ਅਤੇ ਸਾਰਿਆਂ ਦੇ ਨਾਮ ਲਿਖਾਏ ਗਏ ਆ ਜੀ। ਮੇਰੀ ਨਾ ਗੁੜਮੰਡੀ ਦੁਕਾਨ ਹੈਗੀ ਹੈ। ਕੀ ਨਾਂ ਤੁਹਾਡਾ? ਮੇਰਾ ਸੁਮਿਤ ਸ਼ਰਮਾ। ਅੱਛਾ। ਅਤੇ ਇਹ ਇਹਨਾਂ ਦੇ ਥੋੜ੍ਹਾ ਮਤਲਬ ਮਿਸਤਰੀ ਲੱਗੇ ਸੀ, ਮਿੱਟੀ ਉੱਡ ਰਹੀ ਸੀ, ਮੈਂ ਇਹਨਾਂ ਦੇ ਮਿਸਤਰੀ ਲੱਗੇ ਆ ਉੱਪਰ SK ਉਹਨਾਂ ਦੀ ਦੁਕਾਨ ਹੈ ਮੋਬਾਈਲਾਂ ਦੀ, ਮੇਰੀ ਉਹੀ ਦੁਕਾਨ ਹੈ। ਤੁਹਾਡੀ ਕਿਸੇ ਦੁਕਾਨ ਹੈ? ਮੇਰੀ ਵੀ ਅਸੈਸਰੀ ਦੀ ਹੈ, ਮੋਬਾਈਲ ਅਸੈਸਰੀ, ਬੱਬਲ ਹੀ ਕਹਿੰਦੇ ਜੀ ਉੱਥੇ। ਹਾਂਜੀ। ਅਤੇ ਇਹਨਾਂ ਨੂੰ ਮੈਂ ਕਿਹਾ ਝਾੜੂ ਮਾਰ ਰਹੇ ਪਾਣੀ ਪਾ ਕੇ ਮਾਰ ਲਓ, 3 ਵਾਰੀ ਕਹਿਤਾ ਮੁੰਡਾ ਭੇਜਤਾ, 4th ਵਾਰੀ ਮੈਂ ਕਿਹਾ ਭਾਜੀ ਪਾਣੀ ਪਾ ਕੇ ਉਹ ਮਾਰ ਲਓ ਝਾੜੂ, ਮਿੱਟੀ ਸਾਰੀ ਦੁਕਾਨ 'ਚ ਭਰਗੀ ਵੀ ਹੈ। ਇਹਨਾਂ ਨੇ ਕੋਈ ਮਤਲਬ ਮਿਸਤਰੀ ਅੰਦਰ ਜਾ ਕੇ ਪਤਾ ਨਹੀਂ ਕੀ ਕਿਹਾ, ਉੱਪਰ ਆ ਕੇ ਗਾਲਾਂ ਕੱਢਣ ਲੱਗ ਗਏ, ਮੈਂ ਕਿਹਾ ਭਾਜੀ ਗਾਲਾਂ ਕਿਉਂ ਕੱਢ ਰਹੇ ਹੋ, ਅੰਦਰ ਪੌੜੀਆਂ ਚੜ੍ਹਦਾ ਪਿਆ, ਵੀਡੀਓ ਹੈਗੀ ਹੈ, ਉਹਨਾਂ ਨੇ ਜਾਂਦੇ ਸਾਰੀ ਮੇਰੇ ਕਈ ਮਾਰਤੀ ਸਿਰ 'ਤੇ, ਉਹ ਉਹਨਾਂ ਦੀ SK ਟਿੰਕੂ ਹੈਗਾ ਵੈ, ਉਹਦਾ ਭਰਾ ਵੀ, ਦੋਨੋਂ ਸੀ ਆ ਇਕੱਠੇ, ਇਹਨਾਂ ਨੇ ਫੜ ਲਿਆ ਮੇਰੇ ਥੋੜ੍ਹੀ ਵੀ ਮਾਰੀ, ਪਿੱਛੇ ਸਾਰੇ ਪਿੱਠ 'ਤੇ ਨਿਸ਼ਾਨ ਪਏ, CCTV ਕੈਮਰੇ 'ਚ ਹੈਗੀ? ਹਾਂਜੀ ਹਾਂਜੀ ਹੈਗੀ, ਵੀਡੀਓ ਹੈਗੀ ਹੈ, ਸਾਰਾ ਹੈਗਾ ਮੇਰੇ ਕੋਲੋਂ। ਅਤੇ ਅੱਜ ਬਾਜ਼ਾਰ ਵਾਲੇ ਨੇ ਮਿਲ ਕੇ ਫੈਸਲਾ ਰੱਖਿਆ ਸੀ ਉੱਪਰ, ਇਹਨਾਂ ਦੀ ਦੁਕਾਨ ਦੇ ਨੀਚੇ ਹੈਗੀ ਹੈ, ਉੱਥੇ ਸਾਰੇ ਬੈਠੇ ਸੀ, ਇਹ ਕਹਿੰਦੇ ਫੈਸਲਾ ਕਰਨਾ ਕਰੋ, ਬੋਲਣ ਲੱਗ ਗਏ ਮੈਨੂੰ, ਇਹ ਜਿਹੜਾ ਬੰਦਾ ਜਿਹਦੇ ਮੇਰੇ ਮਾਰੀ ਹੈ ਇਹਦਾ ਪਹਿਲਾਂ ਵੀ ਕ੍ਰਿਮੀਨਲ ਰਿਕੋਰਡ ਹੈਗਾ ਵੈ, ਇਹਨੇ ਮਤਲਬ ਕਿਸੇ ਨੇ ਭੱਜਿਆ ਸੀ, ਇਹਨੇ ਨਹਿਰ 'ਚ ਛਾਲ ਮਾਰਤੀ ਸੀ, ਇਹ ਸਾਰਾ ਹੈਗਾ ਪਰਚਾ, ਇਹਦੇ 'ਤੇ ਪਹਿਲਾਂ ਵੀ ਦਰਜ ਹੈਗਾ ਵਾ, ਇਹ ਪਿੱਛੇ ਵੀ ਭੱਜਿਆ ਰਿਹਾ ਵਾ, ਇਹਦਾ ਸਾਰਾ ਹੈਗਾ ਬਾਜ਼ਾਰ ਵਾਲਿਆਂ ਨੂੰ ਪਤਾ ਵਾ। ਲੇਕਿਨ ਅੱਜ ਉਹਨਾਂ ਨੇ CCTV ਕੈਮਰੇ ਦਿਖਾਇਆ ਕਿ ਤੁਸੀਂ ਕਈ ਉਹ ਲੈ ਕੇ ਆਏ? ਨਹੀਂ, ਉਹ ਫੈਸਲਾ ਨਹੀਂ ਹੋਇਆ ਨਾ, ਜਦੋਂ ਗੱਲ ਬਹਿਸ ਕਰਦੇ ਪਏ ਸੀ, ਇਹਨਾਂ ਦਾ ਮੁੰਡਾ ਇੱਕ ਦਾਤ ਲੈ ਕੇ ਇਹਨੇ ਕੱਢ ਲਈ ਪਿੱਛੋਂ, ਮੈਂ ਕਿਹਾ ਮੇਰੇ ਮਾਰਨ ਲੱਗਾ ਵਾ, ਉਹ ਮੈਂ ਹੱਥ ਫੜ ਲਈ,
ਜਦੋਂ ਫੜ ਲਈ ਉਹ ਮੇਰੇ ਹੱਥ ਆ ਗਈ, ਉਹ ਮੈਂ ਇਹਦੇ ਮਾਰੀ, ਮੈਂ ਮਾਰੀ, ਮੈਂ ਕਹਿੰਦਾ ਮੈਂ ਉਹਨਾਂ ਨੇ ਉਹਦੀ ਦਾਤ ਹੀ ਮਾਰੀ, ਉਹਨਾਂ ਕੈਮਰੇ 'ਚ ਹੋਣਾ, ਉਹ ਵੀ ਰਿਕਾਰਡ ਹੈ ਸਾਰਾ, ਉਹ ਵੀ ਕੈਮਰੇ 'ਚ ਰਿਕਾਰਡ ਹੈ। ਕੈਮਰੇ ਦਿਖ ਰਿਹਾ ਕਿ ਤੁਸੀਂ ਦਾਤ ਲੈ ਕੇ ਉਹਦੇ ਪਿੱਛੇ ਜਾ ਰਹੇ ਹੋ? ਨਹੀਂ ਨਹੀਂ, ਜਿੱਥੋਂ ਮੈਂ ਆਇਆ ਨਾ ਜੀ, ਉੱਥੇ ਇਹਨਾਂ ਦਾ ਮੁੰਡਾ ਖੜ੍ਹਾ ਜੀ, ਉੱਥੇ ਕੈਮਰੇ ਨਹੀਂ ਲੱਗੇ ਜਿੱਥੇ ਇਹਨਾਂ ਨੇ ਮੇਰੇ ਮਾਰੀਆਂ ਪਹਿਲੇ ਵੀ। ਫਿਲਹਾਲ ਪੁਲਿਸ ਨੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਭਾਜੀ ਇਹਨਾਂ ਦਾ ਦੁਕਾਨਦਾਰਾਂ ਦਾ ਕੋਈ ਆਪਸੀ ਪਹਿਲਾਂ ਕੋਈ ਸੀਗਾ ਇਹਨਾਂ ਦਾ ਮਤਭੇਦ, ਅਤੇ ਉਹਦੇ ਸੰਬੰਧ ਦੇ ਵਿੱਚ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਇਹ ਮਾਰਕੀਟ ਵਾਲੇ ਆਪਸ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਫੈਸਲਾ ਕਰਾਉਣ ਲੱਗੇ ਸੀਗੇ, ਉਹਦੇ ਸੰਬੰਧ 'ਚ ਕਿਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਪਿੱਛੇ ਬੰਦੇ ਵੀ ਇਹਨਾਂ ਨੇ ਦੂਜੀ ਪਾਰਟੀ ਨੇ ਪਾਏ ਸੀ, ਬੰਦੇ ਬੁਲਾਏ ਹੋਏ ਸੀਗੇ ਜੀ ਬਾਊ ਜੀ। ਉਸ ਤੋਂ ਬਾਅਦ 'ਚ ਕੀ ਹੋਇਆ ਵੀ ਇਹ ਦੱਸ ਰਿਹਾ ਵੀ ਅਸੀਂ ਲੱਗੇ ਸੀ ਇੱਥੇ ਰਾਜੀਨਾਮਾ ਕਰਨ, ਅਤੇ ਬੰਦਿਆਂ ਬੁਲਾ ਕੇ ਇਹਨਾਂ ਦੇ ਸੱਟ ਫੇਟ ਲਾ ਦਿੱਤੀਆਂ, ਬਾਕੀ ਅੱਗੇ ਜੋ ਵੀ ਅਸੀਂ ਇਹ ਚੀਜ਼ ਦੀ ਪੜਤਾਲ ਕਰਾਂਗੇ, ਅੱਗੇ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ। ਸੀਸੀਟੀਵੀ ਕੈਮਰੇ ਦੀ ਇਹਨਾਂ ਦੇ ਕੋਲ ਰਿਕਾਰਡਿੰਗ ਕੈਮਰੇ ਲੱਗੇ ਹੋਏ ਆ, ਬਾਕੀ ਉਹ ਵੀ ਰਿਕਾਰਡਿੰਗ ਵੀ ਦੇਖੀ ਜਾਊਗੀ। ਕਾਰਵਾਈ ਜੋ ਬਣਦੀ, ਕਾਰਵਾਈ ਜੋ ਅਫਸਰ ਜਿਵੇਂ ਹੁਕਮ ਦੇਣਗੇ, ਜੋ ਬਣਦੀ ਕਾਰਵਾਈ ਆ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਜੀ। ਲੁਧਿਆਣਾ ਤੋਂ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9649, 84374-9648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788 0 48 80 85 88 6 17।